ਪਵਾਨ ਤਿਆਰ ਕਰਾ ਕੇ ਸਾਰੀ ਅੰਤਮ ਕਿਰਿਆ ਕਰਾ ਕੇ
ਇਹ ਸੰਤ ਬਲਕਾਰ ਸਿੰਘ ਕਹਿੰਦੇ ਮੈਂ ਉਹਨੂੰ ਆਖਿਆ ਵੀ ਹੁਣ ਸਮਾਂ ਨਹੀਂ, ਜਦੋਂ ਕਿਤੇ ਮਹਾਰਾਜ ਮੌਤ 'ਚ ਬੈਠੇ ਹੋਣਗੇ ਨਾ ਉਦੋਂ ਪੁੱਛਾਂਗੇ। ਹੁਣ ਵੇਖੋ ਉਹ ਉੱਥੇ ਆਪਣੇ ਪਿੰਡ ਅਤੇ ਮਹਾਰਾਜ ਜੀ ਨਸ਼ਹਿਰਾ ਸਾਹਿਬ ਆ ਗਏ ਅਤੇ ਨਸ਼ਹਿਰਾ ਸਾਹਿਬ ਆ ਕੇ ਨਾ ਮਹਾਰਾਜ ਜੀ ਜਾਮਣ ਵਾਲੇ ਘਰ ਮਹਾਰਾਜ ਜਾਂਦੇ ਨੇ ਸੰਗਤ ਨੂੰ ਛਕਾਓ ਚੌਲ ਅਤੇ ਨਾਲੇ ਮਹਾਰਾਜ ਜੀ ਉਹ ਸਰੀਰ ਨਾਲ ਬਚਨ ਕਰਨ, ਨਾਲੇ ਸਾਡੇ ਚਰਨ ਪਾਉਂਦੇ ਨੇ, ਨਾਲੇ ਸਾਨੂੰ ਆਉਂਦੇ ਨੇ ਗੁਰੂ ਨਾਨਕ ਆ, ਅਤੇ ਨਾਲੇ ਸਾਨੂੰ ਵੀ ਪੁੱਛਦੇ ਨੇ ਗੁਰੂ ਨਾਨਕ ਦਾ ਗੁਰੂ ਕੌਣ ਹੈ। ਉਹ ਜਿਹੜਾ ਸਰੀਰ ਸੀ ਨਾ ਉਹਨੇ ਧਿਆਨ 'ਚ ਰੱਖੀ ਇਹ ਗੱਲ ਨੂੰ ਉਹਨੇ ਸਾਹ ਲਿਆ ਇਹਦੇ। ਸੰਤ ਬਲਕਾਰ ਸਿੰਘ ਜੀ ਥੋੜ੍ਹੇ ਦਿਨਾਂ ਬਾਅਦ ਜਦੋਂ ਆਏ ਨਾ ਅਤੇ ਉਹ ਸਰੀਰ ਜਾਣਦਾ ਹੀ ਸੀ, ਉਹਨਾਂ ਨੂੰ ਕਹਿਣ ਲੱਗੇ ਬਲਕਾਰ ਸਿੰਘ ਜੀ ਉੱਥੇ ਕੋਈ ਵਜਨ ਹੋਇਆ ਸੀ ਤੁਹਾਡੇ ਪਿੰਡ ਉੱਦਣ, ਅਸੀਂ ਕੀ ਮਹਾਰਾਜ ਜੀ ਜਦੋਂ ਤੁਹਾਡੇ ਪਿੰਡੋਂ ਆਏ ਨਾ ਮਹਾਰਾਜ ਜੀ ਆ ਕੇ ਕਿਸੇ ਨਾਲ ਹੋਰ ਕੋਈ ਵਚਨ ਨਹੀਂ ਹੋਇਆ, ਬਸ ਆਪਣੀ ਮੌਤ 'ਚ ਉਹਨਾਂ ਨੇ ਵਚਨ ਕੀਤਾ ਆ, ਨਾਲੇ ਸਾਡੇ ਚਰਨ ਪਾਉਂਦੇ ਨੇ, ਨਾਲੇ ਸਾਨੂੰ ਆਉਂਦੇ ਆ ਤੁਸੀਂ ਗੁਰੂ ਨਾਨਕ ਜੇ, ਅਤੇ ਨਾਲੇ ਆਉਂਦੇ ਨੇ ਗੁਰੂ ਨਾਨਕ ਦਾ ਗੁਰੂ ਕੌਣ ਹੈ। ਬਲਕਾਰ ਸਿੰਘ ਜੀ ਕਹਿੰਦੇ ਮੇਰੇ ਜਿਹੜੇ ਸੰਸੇ ਸੀ ਨਾ ਸਾਰੇ ਭੁੱਲ ਗਏ, ਮੈਂ ਆਪਣੇ ਮਿੱਤਰ ਨੂੰ ਕਿਹਾ ਭੋਲਿਆ ਗੁਰੂ ਨਾਨਕ ਦੇ ਆ ਕੇ ਆਇਆ, ਗੁਰੂ ਨਾਨਕ ਨੂੰ ਕੁਛ ਨਹੀਂ, ਗੁਰੂ ਨਾਨਕ ਦਾ ਗੁਰੂ ਕੌਣ ਹੈ। ਆਏ ਗੁਰੂ ਆਪ ਪਰ ਆਏ ਸੰਤ ਰੂਪ ਤੇ ਅਖਵਾਇਆ ਆਪਣੇ ਆਪ ਨੂੰ ਸਿੱਖ ਵੀ ਨਹੀਂ, ਅਖਵਾਇਆ ਆਪਣੇ ਆਪ ਨੂੰ ਸਿੱਖ ਵੀ ਨਹੀਂ ਤੇ ਪੜਦਾ ਵੀ ਹੋ ਨਹੀਂ ਸਕਿਆ। ਅਚਰਜ ਲਾਲ ਡਾਕਟਰ ਮਹਾਰਾਜ ਜੀ ਦੀ ਸੇਵਾ ਕਰਦੇ ਹੁੰਦੇ ਸਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਤੇ ਮਹਾਰਾਜ ਜੀ ਉਹ ਦਿਨ ਸਵੇਰ ਤੋਂ ਲੈ ਕੇ ਆਪਣੇ ਆਪ ਨੂੰ ਇੱਦਾਂ ਕਰੀ ਜਾਣ, ਆਏ 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 ਤੇ ਭਗਵਾਨ ਹੋਣਾ ਉਹਨਾਂ ਨੂੰ ਫੋਨ ਕਰਦਾ ਕਿ ਮਹਾਰਾਜ ਜੀ ਦੀ ਸਿਹਤ ਢਿੱਲੀ ਹੈ, ਮਹਾਰਾਜ ਜੀ ਨੂੰ ਆ ਕੇ ਤੁਸੀਂ ਚੈੱਕ ਕਰੋ। ਜਦੋਂ ਆਏ ਡਾਕਟਰ ਸਰਜ ਲਾਲ ਜੀ ਨਾਲ ਤੇ ਮਹਾਰਾਜ ਜੀ ਉਹਨਾਂ ਨੇ ਚੈੱਕ ਕੀਤਾ ਤੇ ਕਹਿੰਦੇ ਵੀ ਢਿੱਲ ਨਹੀਂ ਕੋਈ ਵੀ ਹੈਗੀ ਮਹਾਰਾਜ ਜੀ ਨੂੰ, ਫੋਨ ਜੀ ਕੋਈ ਆਪਣੀ ਖੇਡੀ ਆ ਉਹਨਾਂ ਦੀ। ਤੇ ਚਰਜ ਲਾਲ ਜੀ ਕਹਿੰਦੇ ਨੇ ਮਹਾਰਾਜ ਜੀ ਕੋਈ ਸਰੀਰਕ ਢਿੱਲ ਤੇ ਤੁਹਾਨੂੰ ਹੈ ਨਹੀਂ ਸੀ, ਅੱਜ ਤੁਹਾਡਾ ਵਿਆਹ ਪੁਰਬ ਸੀ ਤੇ ਮੈਂ ਆਪਣੀ ਦੁਕਾਨ ਤੇ ਕੇ ਲੰਗਰ ਲਾਉਣਾ ਹੁੰਦਾ ਤੁਹਾਡੇ ਵਿਆਹ ਪੁਰਬ, ਭਾਵ ਕਿ ਤੁਸੀਂ ਆਪ ਗੁਰੂ ਨਾਨਕ ਤੇ ਅੱਜ ਤੁਹਾਡਾ ਵਿਆਹ ਪੁਰਬ ਸੀ ਤੇ ਮੈਂ ਇੱਥੇ ਆਉਣ ਕਰਕੇ ਲੇਟ ਹੋ ਗਿਆ। ਮਹਾਰਾਜ ਜੀ ਕਹਿਣ ਲੱਗੇ ਵਿਆਹ ਪੁਰਬ ਹੋਵੇ ਸਾਡਾ, ਵੇਖੋ ਪੜਦਾ ਵੀ ਕੋਈ ਨਹੀਂ ਰੱਖਿਆ, ਜਾਪ ਵੀ ਸਭ ਕੁਝ ਕਰ ਦਿੱਤਾ ਤੇ ਛੁਪਾ ਵੀ ਸਭ ਕੁਝ ਹੈ। ਮਹਾਰਾਜ ਜੀ ਆਉਂਦੇ ਨੇ ਵਿਆਹ ਪੁਰਬ ਹੋਵੇ ਸਾਡਾ ਤੇ ਲੰਗਰ ਤੁਸੀਂ ਲਾਉਣਾ, ਲੰਗਰ ਅੱਜ ਸਾਡੇ ਵੱਲੋਂ ਤੁਸੀਂ ਕੱਲ੍ਹ ਨੂੰ ਲਾ ਲਓ। ਹੱਡੀਪੁਰਾ ਪਿੰਡਿਆ ਨਾਲ ਸ਼੍ਰੀ ਨਸ਼ਹਿਰਾ ਸਾਹਿਬ ਦੇ ਧਾਰੀਵਾਲ, ਉੱਥੋਂ ਦੇ ਭਾਈ ਪ੍ਰੀਤਮ ਸਿੰਘ ਅਤੇ ਗੁਰਦੀਪ ਸਿੰਘ ਦੋਵੇਂ ਭਰਾ ਹੱਲੇ ਦਾ ਦੀਵਾਨ ਲਾਉਂਦੇ ਹੁੰਦੇ ਸੀ, ਮੰਜਾ ਸਾਹਿਬ ਆਸਾ ਦੀ ਵਾਰ, ਆਸਾ ਦੀ ਵਾਰ ਨਹੀਂ ਵਾਰਾ ਕਹਿੰਦੇ ਹੁੰਦੇ ਅਤੇ ਢੋਲਕੀ ਛੈਣਾ ਉਹਨਾਂ ਨੂੰ ਲਾਉਣਾ ਵਾਰਾ, ਮੰਜਾ ਸਾਹਿਬ ਆ ਕੇ ਅਰਦਾਸ ਦੀ ਕਰਨੀ ਮਹਾਰਾਜ ਕਿਲੇ ਵਾਲਿਆ ਅਸੀਂ ਦੋਵੇਂ ਭਰਾ ਇਕੱਠੇ ਹੀ ਆਉਂਦੇ ਹਾਂ ਤੇਰੇ ਦਰ 'ਤੇ ਅਤੇ ਜਦੋਂ ਜਾਈਏ ਉਹ ਇਕੱਠੇ ਹੀ ਜਾਈਏ, ਅਤੇ ਆਸਾ ਦੀ ਵਾਰ ਹੀ ਲਾਉਣ ਆਉਂਦੇ ਸਨ। ਮਾੜਾ ਜਿਹਾ ਐਕਸੀਡੈਂਟ ਹੋਇਆ, ਟੀ ਵੀ ਐਸ ਸਕੂਟਰੀ ਲੱਗੀ ਉਹਨਾਂ ਨੂੰ ਅਤੇ ਉਹ ਮਾੜਾ ਜਿਹਾ ਐਕਸੀਡੈਂਟ ਹੋਇਆ, ਘਬਾਨਾ ਹੀ ਬਣਿਆ, ਦੋਵੇਂ ਭਰਾ ਇਕੱਠੇ ਹੀ ਚਲਾਈ। ਉਹਨਾਂ ਦਾ ਨਾ ਗੁਰਦੀਪ ਸਿੰਘ ਹੋਣਾ ਦਾ ਪੁੱਤਰ ਬਿਮਾਰ ਹੋ ਗਿਆ ਅਤੇ ਉਹ ਰਾਜੀ ਨਾ ਹੋਵੇ ਡਾਕਟਰਾਂ ਜਵਾਬ ਦੇ ਦਿੱਤਾ, ਅਤੇ ਆਉਂਦੇ ਨੇ ਭਾਅ ਪ੍ਰੀਤਮ ਸਿੰਘ ਹੁਣ ਕੀ ਕਰੀਏ, ਆਉਂਦੇ ਆ ਮਹਾਰਾਜ ਆਉਂਦਾ ਹੁੰਦਾ ਹੈ ਜਿਹੜਾ ਕੰਮ ਆਪਣੇ ਹੱਥੋਂ ਨਿਕਲ ਜਾਏ ਨਾ ਉਹਦਾ ਕੜਾਹ ਪ੍ਰਸ਼ਾਦ ਸੁੱਖ ਲਓ, ਅਤੇ ਮਿਹਰ ਹੋ ਜਾਂਦੀ ਹੈ, ਆਉਂਦੇ ਸੁੱਖ ਫਿਰ ਕੜਾਹ ਪ੍ਰਸ਼ਾਦ ਕਹੇ ਕਿੰਨਾ, ਕਹਿੰਦੇ 250 ਦਾ ਕੜਾਹ ਪ੍ਰਸ਼ਾਦ ਸੁੱਖ ਲਾ, ਜਦੋਂ ਮੁੰਡਾ ਰਾਜੀ ਹੋ ਜਾਏਗਾ ਕਰਾ ਲਾਂਗੇ। ਉਹਨਾਂ ਅਰਦਾਸ ਕਰ ਦਿੱਤੀ ਮਹਾਰਾਜ ਜੀ ਅਸੀਂ 250 ਦਾ ਕੜਾਹ ਪ੍ਰਸ਼ਾਦ ਕਰਾਵਾਂਗੇ ਜੇ ਸਾਡਾ ਪੁੱਤਰ ਰਾਜੀ ਹੋ ਜਾਵੇ। ਅਰਦਾਸ ਕੀਤੀ ਅਤੇ ਉਹਨੂੰ ਫਰਕ ਪੈਣਾ ਸ਼ੁਰੂ ਹੋ ਗਿਆ, ਉਹ ਹਫ਼ਤੇ ਦਿਨਾਂ ਦਿਨਾਂ ਦੇ ਵਿੱਚ ਚੰਗਾ ਭਲਾ ਹੋ ਗਿਆ, ਜਿਹਨੂੰ ਦਵਾਈ ਨਹੀਂ ਸੀ ਲੱਗਦੀ ਕੋਈ ਡਾਕਟਰਾਂ ਜਵਾਬ ਦੇ ਦਿੱਤਾ ਸੀ। ਜਦੋਂ ਰਾਜੀ ਹੋ ਗਿਆ ਨਾ ਆਦੇ ਨੇ ਭਾਅ ਪ੍ਰੀਤਮ ਸਿੰਘ ਹੁਣ ਕੜਾਹ ਪ੍ਰਸ਼ਾਦ ਜੀ ਕਰਾਈਏ ਨਾਲੇ ਮਹਾਰਾਜ ਜੀ ਦਾ ਦਰਸ਼ਨ ਕਰਾਈਏ। ਜਦੋਂ ਸਕੂਟਰੀ ਲੰਘੀ ਨਾ ਅੱਡੇ ਤੋਂ ਅਤੇ ਫਲਾਂ ਦੀ ਦੁਕਾਨ ਸੀ ਉੱਥੇ ਕੇਲੇ ਬੜੇ ਸੋਹਣੇ ਲੰਘੇ ਅਤੇ ਉਹ ਸ਼ਗਨ ਸਕਾਉਣ ਦੇ ਬੜੇ ਸ਼ੌਕੀਨ ਹਨ, ਆਉਂਦੇ ਨੇ ਭਾਅ ਪ੍ਰੀਤਮ ਸਿੰਘ
ਏਦਾਂ ਕਰੀਏ ਮੁੰਡਾ ਤੇ ਹੋ ਗਿਆ ਰਾਜੀ ਤੇ ਮਹਾਰਾਜ ਨੂੰ ਉੱਥੇ ਕਿਹੜਾ ਪਤਾ ਲੱਗਣ ਡਿਆ ਗ੍ਰਾਹ ਪ੍ਰਸ਼ਾਦ ਕਰਾਉਣੇ 200 ਦਾ ਤੇ 50 ਰੁਪਏ ਵੱਖਰੇ ਰੱਖੀ ਆਉਂਦਿਆਂ ਮੁੜ ਕੇ ਕਿਹੜੇ ਛਕਾਂਗੇ ਉਹਨਾਂ 50 ਰੁਪਏ ਵੱਖਰੇ ਰੱਖ ਲਏ ਤੇ 200 ਦਾ ਗ੍ਰਾਹ ਪ੍ਰਸ਼ਾਦ ਜਾ ਕੇ ਕਰਾ ਦਿੱਤਾ ਮਹਾਰਾਜ ਕਹਿੰਦੇ ਮੈਂ ਖੱਤਰੀ ਪੁੱਤਰ ਹਾਂ ਪਾਈ ਪਾਈ ਦਾ ਹਿਸਾਬ ਨਹੀਂ ਛੱਡਦਾ ਮੈਂ ਜਦੋਂ ਕੜਾਹ ਪ੍ਰਸ਼ਾਦ ਲੱਗਾ ਨਾ ਵਰਤਣ ਉਹ ਸਾਹਮਣੇ ਬੈਠੇ ਹਨ ਦੋਵੇਂ ਭਰਾ ਮਹਾਰਾਜ ਜੀ ਉਹਨਾਂ ਦੇ ਵੇਖਣ ਤੇ ਨਾਲੇ ਵਰਤਾਵੇ ਨੂੰ ਆਣ ਇਹ 250 ਦਾ ਕੜਾਹ ਪ੍ਰਸ਼ਾਦ ਹੀ ਸੋਹਣਿਆ ਸਾਨੂੰ 250 ਵਰਤਾਰੇ ਦੇ ਇਹ 250 ਦਾ ਕੜਾਹ ਪ੍ਰਸ਼ਾਦ ਹੀ 250 ਨਾਲੇ ਉਹਨਾਂ ਦੇ ਵੇਖਣ ਉਹ ਆਉਂਦਾ ਭਾਅ ਪ੍ਰੀਤਮ ਸਿੰਘਾ ਕੱਢ 50 ਰੁਪਏ ਦੇ ਟੇਕ ਇਹਨਾਂ ਨੂੰ ਮੱਥਾ ਇਹਨਾਂ ਨੂੰ ਕੇਲੇ ਛਕਣ ਦੇ ਲਈ ਦੇ ਇਹਨਾਂ ਦੇ 50 ਰੁਪਏ ਮਹਾਰਾਜ ਨੇ ਫਿਰ ਚਲਾਈ ਮੇਰੇ ਵਾਲੇ ਓਹੋ
ਦੂਜਾ ਕਾਹੀ ਸਮਝੀਏ ਜੰਮੇ ਤੇ ਮਰ ਜਾਏ ਕੋ ਸਿਮਰੋ ਨਾਨਕ ਜੋ ਜਲ ਚਲ ਰਿਹਾ ਸਮਾਜ ਜਿੰਨਾ ਆਸਾ ਭਰੋਸਾ ਉਹਨਾਂ ਤੇ ਰੱਖਿਆ ਨੇ ਉਹਨਾਂ ਨੂੰ ਮਾਰੇ ਨਿਰਾਸ਼ਾ ਨਹੀਂ ਹੋਣ ਦਿੰਦੇ।